ਇਹ ਦੇਖੋ ਜੀ, ਇਹ ਦੇਖੋ ਜੀ, ਆਪਾਂ ਚੰਡੀਗੜ੍ਹ 'ਚ ਇੱਕ ਨਵਾਂ ਕੰਮ ਛੇੜਿਆ ਹੈ। ਉਰੇ ਦੇਖੋ ਕਾਪਬੋਰਡ ਬਣਾ ਰਹੇ, ਉਰੇ ਵੀ ਅਸੀਂ ਅਲਮੀਨੀਅਮ ਦਾ ਕਰੀਮ ਕਲਰ ਦੀ ਸ਼ੀਟ ਲੱਗੀ ਹੋਈ ਹੈ ਯਾਰ, ਜਿਹੜੀ ਆਪਾਂ ਲਾਉਂਦੇ ਹਾਂ ਬੇਸ 'ਤੇ। ਉਹ ਤੋਂ ਪਹਿਲਾਂ ਫਰੰਟ ਦੂਜੀ ਲੱਗਣੀ, ਜਿਹੜੀ ਪੱਲੇ 'ਤੇ ਲੱਗਣੀ ਮੇਨ ਦੀ, ਜੋ ਵੀ ਕਲਰ ਪਸੰਦ ਕਰਿਆ ਮਾਲਕਾਂ ਨੇ, ਸ਼ੇਡ ਵਗੈਰਾ। ਆਹ ਦੇਖੋ ਜੀ, ਇਹ ਆਪਣੇ ਬਾਕਸ ਬਣਾਏ ਹੋਏ ਕਾਪਬੋਰਡ ਦੇ। ਅਤੇ ਆਹ ਦੂਜਾ ਕਮਰਾ ਜੀ, ਆਹ ਦੇਖੋ ਆਹ ਦੂਜਾ ਕਮਰਾ ਜੀ, ਆਹ ਦੇਖੋ, ਇਹ ਦੇਖੋ, ਇਹ ਆਪਣਾ ਪੂਰਾ, ਇਹ ਵੀ ਪੂਰਾ ਹੀ ਮਤਲਬ ਸਾਰਾ ਉੱਪਰ ਮਿਆਨੀ ਨਹੀਂ ਹੈਗੀ ਇਹਦੀ, ਆਹ ਡਰੈਸਿੰਗ ਨਾਲ ਜੀ, ਡਰੈਸਿੰਗ ਬਣਾ ਰਹੇ ਅਸੀਂ। ਅਤੇ ਇੱਧਰ ਕੱਪਬੋਰਡ ਹੈ, ਨੀਚੇ ਡਰੋ ਪਏ ਹੋਏ ਆ, ਬਾਕੀ ਕੰਮ ਰਹਿੰਦਾ ਇਹਦਾ ਪੈਂਡਿੰਗ। ਅਤੇ ਦੂਜਾ ਕਮਰਾ ਦਿਖਾਉਂਦੇ ਆਪਣੇ ਕੋਲ, ਇਹ ਦੇਖੋ ਜੀ, ਇੱਧਰ ਵੀ ਹੈ, ਇੱਧਰ ਵੀ ਦੇਖੋ ਜੀ, ਆਪਾਂ ਕੱਪਬੋਰਡ ਬਣਾ ਰਹੇ ਹਾਂ। ਇਹ ਸਾਰਾ ਔਲ ਅਲਮੀਨੀਅਮ ਦਾ ਹੀ ਹੈ ਦੇਖੋ ਜੀ, ਆਪਾਂ ਅਲਮੀਨੀਅਮ ਦੀ ਲੈਂਥ ਹੀ ਲਾਉਂਦੇ ਹਾਂ, ਅਲਮੀਨੀਅਮ ਦੀ ਲੈਂਥ ਅਤੇ ਅਲਮੀਨੀਅਮ ਦੀ ਸ਼ੀਟ ਲੱਗਦੀ ਸਾਰੀ। ਇਹਨੂੰ ਲੱਕੜ ਬਿਲਕੁਲ ਵੀ ਯੂਜ਼ ਨਹੀਂ, ਯੂਜੀਬਲ ਨਹੀਂ ਹੈ, ਵਾਟਰਪਰੂਫ ਆਪਣਾ ਹੁੰਦਾ ਇਹ ਬੋਰਡ ਲਾਉਂਦੇ, ਪੀਵੀਸੀ ਬੋਰਡ ਹੁੰਦਾ, ਇਹ ਵਾਟਰਪਰੂਫ ਹੁੰਦਾ। ਇੱਧਰ ਇਹ ਸਪੇਸ ਰਹਿੰਦੀ ਡਰੈਸਿੰਗ ਬਣਾਉਣਾ, ਡਰੈਸਿੰਗ